ਫਰਕੋ ਫਰਕੀ ਹੈ, 1 ਲੱਖ ਤੋਂ ਲੈ ਕੇ 10 ਲੱਖ ਤੱਕ ਜਾਨਵਰ ਹੈ ਸਾਡੇ। 10 ਲੱਖ ਜੀ, ਜਿਹੜਾ 1 ਲੱਖ ਵਾਲਾ ਉਹ ਖਾ ਸਕਦੇ ਹੋ ਜੀ? ਭਾਜੀ ਉਹ ਭਾਜੀ ਆ ਜਾਨਵਰ, ਜਾਨਵਰ ਬਾਕੀ 16 ਲੱਖ ਦੀ ਜੋੜੀ। ਜੁੜਵਾ ਬਾਈ ਸਨ, ਜਦੋਂ ਹੋਏ ਸਨ ਇਹਨਾਂ ਦੀ ਵਾਲਦਾ ਫੋਤ ਹੋ ਗਈ ਸੀ ਤੇ ਛੋਟੇ ਛੋਟੇ ਸਨ, ਫਿਰ ਇਹਨਾਂ ਦੀ ਪਲਾਈ ਕੀਤੀ ਅਸੀਂ ਜੀ। ਆਪ ਖੁਦ ਨਹੀਂ, ਆਪਣੇ ਘਰ ਦੇ ਵਿੱਚ ਪਲਾਈ ਕੀਤੀ। ਕਿੰਨੀ ਉਮਰ ਹੈਗੀ ਇਹਨਾਂ ਦੀ? ਇਹਨਾਂ ਦੀ ਭਾਜੀ ਹੋ ਗਈ ਹੈ 3.5 ਸਾਲ। 3.5 ਸਾਲ ਜੀ। ਤੇ ਵਜ਼ਨ ਕਿੰਨਾ ਹੈਗਾ ਤਕਰੀਬਨ ਇਹਨਾਂ ਦਾ? ਭਾਜੀ ਵਜ਼ਨ ਹੈਗਾ 45 ਮਨ ਦੋਵਾਂ ਦਾ। 45 ਜੀ, 45 ਮਨ ਜੀ ਦੋਵਾਂ ਦਾ, ਜੋੜੀ ਦਾ ਜੀ। ਔਰ ਇਹਨਾਂ ਦੀ ਸਾਫ ਜੀ ਬਹੁਤ ਸਪਲਾਈ ਕਰੀ ਦੀ ਹੈ, ਇਹਨਾਂ ਨੂੰ ਦੁੱਧ ਵੀ ਪਿਆਈਦਾ, ਵੰਡਾ ਵੀ ਖਿਲਾਈਦਾ, ਠੀਕ ਹੈ। ਮਕਈ ਦਾ ਦਲੀਆ, ਚੋਕਰ ਵਰਗਿਆਂ ਨਾਲ, ਠੀਕ ਹੈ। ਕਾਲੇ ਚਨੇ ਦਾ ਦਲੀਆ, ਠੀਕ ਹੈ। ਗੰਦਮ ਦਾ ਦਲੀਆ ਹੋ ਗਿਆ ਸਾਫ ਜੀ। ਇਹਨਾਂ ਦੇ ਪਿੱਛੇ ਹੀ ਤਾਂ ਵੇਖੋ ਨਾ ਸਾਡੇ ਸਹਾਰੇ ਚੱਲੇ ਪਏ ਨੇ ਸਾਫ ਜੀ। ਹਰ ਸਾਲ ਲਾਉਂਦੇ ਹਾਂ ਸਾਫ ਜੀ ਅਸੀਂ ਜ਼ਿਆਦਾ ਵੱਡੇ ਲੈ ਕੇ ਜੀ, ਵੱਡੇ ਜਾਨਵਰ ਲੈ ਕੇ ਆਉਂਦੇ ਸਾਡੇ ਕੋਲ। ਛੋਟਾ ਮਾਲ ਸਾਰਾ ਵੇਖ ਗਿਆ, ਸਾਡੇ 45 ਜਾਨਵਰ ਹੋਰ ਆਉਂਦੇ ਪਏ ਨੇ। ਕੰਮ ਹੋਏ ਜਾਂ ਨਾ ਹੋਏ ਫਿਰ ਦੇਣਾ ਪੈਂਦਾ ਨਾ, ਕਿਉਂਕਿ ਠੇਕਾ ਹੋ ਜਾਂਦਾ ਸਾਡਾ ਇਹਨਾਂ ਜੀ। ਖਰਚੇ ਪੱਲਿਓਂ ਪੈਂਦੇ ਪਏ ਜੀ, ਤੇ ਬਸ ਮੁਸ਼ਕਿਲ ਹੀ ਹੈ। ਚਲੋ ਅੱਲਾ ਪਾਕ ਕਰਮ ਕਰੇਗਾ। ਇਮਰਾਨ ਖਾਨ ਜਦੋਂ ਦਾ ਬੈਠਾ ਸਾਹਿਬ ਜੀ, ਉਹਦਾ ਕੰਮ ਬਹੁਤ ਢਿੱਲਾ ਹੋਇਆ ਪਿਆ ਹਾਂਜੀ। ਨਵਾਜ਼ ਸ਼ਰੀਫ ਦੇ ਦੌਰ 'ਚ ਅੱਲਾ ਬਹੁਤ ਰਿਜ਼ਕ ਦਿੰਦਾ ਆਇਆ ਜੀ, ਅੱਬ ਕੰਮ ਬਹੁਤ ਖਰਾਬ ਹੈ। ਕੀ ਵਜ੍ਹਾ ਹੋਈ ਇਹ ਕੰਮ ਖਰਾਬ? ਤੁਹਾਡੇ ਜਾਨਵਰ ਦਾ ਕਾਰੋਬਾਰ ਕਰਦੇ ਹੋ, ਠੀਕ ਹੈ ਜੀ। ਤੇ ਪਹਿਲੇ ਤੁਹਾਨੂੰ ਕੀ ਖੁਰਾਕ ਸਸਤੀ ਲੱਭਦੀ ਸੀ ਜਾਂ ਕੀ ਮਸਲਾ ਸਾਹਿਬ ਜੀ? ਖੁਰਾਕ ਦਾ ਮਸਲਾ ਇਹ ਵੇ ਹਰ ਸ਼ਹਿਰ ਤੇ ਪਾਉਂਦੀ ਲੱਗੀ ਪਈ ਹੈ, ਠੀਕ ਹੈ। ਹਰ ਬੰਦਿਆਂ ਦੇ ਕੰਮ ਬੰਦ ਹੋਏ ਪਏ ਨੇ, ਕੰਮ ਖੁੱਲ੍ਹਣ ਤੇ ਫਿਰ ਜਾਨਵਰ ਵੀ ਬੰਦੇ ਲੈਣ ਆਉਂਦੇ ਨੇ, ਠੀਕ ਹੈ। ਸਖਤੀ ਬਹੁਤ ਹੋਈ ਪਈ ਹਾਂਜੀ। ਹਕੂਮਤ ਨੇ ਇਹ ਰਗੜਾ ਮਾਰਾਂਗੇ ਸਾਹਿਬ ਜੀ, ਮਿਹਰਬਾਨੀ ਕਰਨ ਤੇ ਥੋੜ੍ਹੀ ਜਿਹੀ ਸਖਤੀ ਘਟਾ ਦੇਵਨ। ਹੋਰ ਇਹ ਸਭ ਸਾਰੇ ਭਰਾ ਮੰਡੀਦਾਰ ਲੋਕ ਨੇ ਤੇ ਇਹਨਾਂ ਦੇ ਕੰਮ ਮੱਠੇ ਹੋਏ ਪਏ। ਇਹ ਸਾਲ ਦਾ ਤੇ ਪਿਛਲੇ ਸਾਲ ਦਾ ਸਾਹਿਬ ਜੀ, ਪਿਛਲੇ ਸਾਲ ਠੀਕ ਸੀ, ਉਦੋਂ ਕੰਮ ਬਹੁਤ ਸਹੀ ਸੀ, ਹੁਣ ਬਿਲਕੁਲ ਠੰਡਾ ਹੋਇਆ ਪਿਆ ਕੰਮ। ਖਰਚੇ ਬੜੇ ਹੋਏ ਪਏ ਨੇ, ਆਉਂਦੇ ਆਏ ਨੇ ਪਰ ਸ਼ਾਮ ਨੂੰ ਆਉਂਦੇ ਨੇ, ਪਰ ਮੁੱਲ ਉਹ ਨਹੀਂ ਲਾਉਂਦੇ ਜੋ ਪਿਛਲੇ ਸਾਲ ਲਾਉਂਦੇ ਸਨ। ਤੋੜ ਤੋੜ ਕੇ ਰੇਟ ਲਾਉਂਦੇ ਨੇ ਤੇ ਵੱਧ, ਫਿਰ ਸਾਡਾ ਕੰਮ ਢਿੱਲਾ ਪਿਆ ਖਲਾ। ਕੋਈ ਬਾਤ ਨਹੀਂ, ਥੈਂਕ ਯੂ।